ਇਹ ਨਿਵਾਣਿਆਂ ਦੀ ਮਾਨ ਦਿੱਤਾਰਿਆਂ ਦੀ ਤਾਣ ਨਿਉਟਿਆਂ ਦੀ ਓਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਵਿੱਚ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਲਈ ਆਪ ਜੀ ਦੇ ਦਰ 'ਤੇ ਇਕੱਤਰ ਹੋਈਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਇਸ ਵੇਲੇ ਸਰਬੱਤ ਸੰਗਤ ਨੂੰ ਪ੍ਰਭਾਤ ਫੇਰੀ ਵਿੱਚ ਚੱਲਣ ਦੀ ਆਗਿਆ ਬਖਸ਼ੋ ਜੀ। ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਆਪਣਾ ਨਾਮ ਸਵਾਸ ਸਵਾਸ ਚ ਪਾਉਣਾ, ਇਸੇ ਤਰ੍ਹਾਂ ਹੀ ਪ੍ਰਕਾਸ਼ ਪੁਰਬ ਚੜ੍ਹਦੀਆਂ ਕਲਾਂ ਵਿੱਚ ਮਨਾਉਣ ਲਈ ਪ੍ਰੇਮ ਪਿਆਰ ਬਖਸ਼ੋ। ਦਾਤਾਰ ਪਾਤਸ਼ਾਹ ਮਿਹਰ ਕਰੋ ਬਖਸ਼ੋ, ਆ ਗਿਆ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੀ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਰਬ ਵਿਆਪਕ ਸੱਚੇ ਪਿਤਾ ਵਾਹਿਗੁਰੂ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਅੰਦਰ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ ਹਨ। ਸਤਿਗੁਰੂ ਇਸ ਵੇਲੇ ਆਪ ਜੀ ਨੇ ਬਖਸ਼ਿਸ਼ ਕੀਤੀ, ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਕਮਲਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਸੰਗਤਾਂ ਪਹੁੰਚ ਗਈਆਂ ਹਨ। ਸੇਵਕ ਪਰਿਵਾਰ ਆਪ ਜੀ ਦੇ ਦਰ ਤੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਨ। ਦਾਤਾਰ ਪਾਤਸ਼ਾਹ ਦਰ ਪ੍ਰਵਾਨ ਕਰਿਓ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ। ਬੇਅੰਤ ਸੰਗਤਾਂ ਦੇ ਹਾਜ਼ਰੀ ਭਰੀ ਹੈ ਜੀ, ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜੀ। ਕਦਮ ਕਦਮ ਚੱਲਿਆ ਲੇਖੇ ਲਾਉਣਾ ਪਾਤਸ਼ਾਹ, ਗਾਵਿਆ ਸੁਣਿਆ ਹਿਰਦਿਆਂ ਤੇ ਵਸਾਉਣਾ ਜੀ, ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਬਖਸ਼ੋ। ਸਤਿਗੁਰੂ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
सोच
जाने जिन्नी चाख्या हर नाम मोला ओ जाने जिन्नी चाख्या हर नाम मोला सो जाने जिन्नी चाख्या हर नाम मोला हिम्मत करी न जाइए क्या कह मुख बोला लाल रंग जित खोला जित के बट पागा ਬੇਅੰਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ ਹਨ। ਸਤਿਗੁਰੂ ਜੀ ਇਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੀ। ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਸੁਖਦੇਵ ਸਿੰਘ ਅਤੇ ਸਰਬੱਤ ਪਰਿਵਾਰ ਦੇ ਨਾਲ ਮਿਲ ਕੇ ਆਪਣੇ ਗ੍ਰਹਿ ਵਿਖੇ ਪਾਵਨ ਰੱਬੀ ਬਾਣੀ ਦੇ ਕੀਰਤਨ ਕਰਵਾਏ ਹਨ ਜੀ। ਆਪ ਜੀ ਦੇ ਦਰ ਕਰਦੀ ਸੇਵਾ ਕੀਤੀ ਆਦਤਾਰ ਪਾਤਸ਼ਾਹ ਗੁਰਬਾਣੀ ਕੀਰਤਨ ਕਰਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖੇਮਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤ ਤੇ ਸਪੰਟ ਗੁਰਬਾਣੀ ਕੀਰਤਨ ਕਰਨ ਦੀ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਣੀ ਦਾ ਦਾਰ ਪਿਤਾ ਜੀ ਯੋਜਨਾ ਭਾਵਨਾਵਾਂ ਨੂੰ ਲੈ ਕੇ ਸੇਵਕ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਕੀਰਤਨ ਕਰਵਾਏ ਸੇਵਾ ਕੀਤੀ ਸੋ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਦਰੋਂ ਘਰੋਂ ਕੱਢੀਆਂ ਕਲਾਂ ਦੀ ਦਾਤ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣੀ ਜੀ ਕੀਤੀਆਂ ਸੇਵਾਵਾਂ ਥਾਏ ਪਾਉਣੀਆਂ ਜੀ। ਸਰਬੱਤ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਪਾਤਸ਼ਾਹ ਜੀ। ਬੇਅੰਤ ਸੰਗਤਾਂ ਨੇ ਕੀਰਤਨ ਸਤਿਕਾਰ ਮਾਇਆ ਭੇਟ ਕੀਤੀ ਹੈ। ਸਰਬੱਤ ਸੰਗਤਾਂ ਦੀਆਂ ਭੇਟਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ। ਕਦਮ ਕਦਮ ਚੱਲਿਆ ਜੀ, ਖੇਲਾਉਣਾ ਗਾਵਿਆ ਸੁਣਿਆ ਹਿਰਦਿਆਂ ਦੇ ਸੋਹਣਾ ਪਾਤਸ਼ਾਹ ਜੀ। ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਵਰਸ਼ੋ ਜੀ। ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਜਿਸਦਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਓ ਜੀ ਤੁਮਾਰ ਹਮਾਰੇ
ਸਵਨ ਸੁਨਾਵਨਾ ਜਿਆਵਤ ਮੇਰਾ ਮਨ ਤਨ ਹਰ ਸੰਗ ਹਰ ਦਸ ਤੁਮ ਸੰਗ ਗਾਵਾ ਹਰ ਜਸ ਤੁਮ ਸੰਗ ਗਾਵਾ ਵਾਹਿਗੁਰੂ ਜੀ ਕਾ ਖਾਲਸਾ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਤੂੰ ਮੇਰੇ ਗੁਰ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਤੂੰ ਮੇਰੇ ਗੁਰ ਕੇ ਪਿਆਰੇ ਆਏ ਮਿਲ ਗੁਰ ਸਿੱਖ ਸਤ ਬਲਹਾਰੀ ਤਿੰਨ ਸਤ ਬਲਹਾਰੀ
I'm
ठाकुर जी त्रिलोचन जी नूं भी दर्शन दिओ। हस के भगवान जी बोले, ठाकुर जी बोले कि नामदेव नूं कह देवे अपनियां कमियां पूरियां कर। उहनां विच दो कमियां ने। देखो जे रब दे दीदार चाहुंदे आ तां सानूं जिहड़ियां अपनियां कमियां ने जरूर पूरियां कर लैणियां चाहीदियां, क्योंकि उहदे दीदार जिहड़े आ असल विच उह संसारी कमियां करके नहीं हो सकदे। हस के ठाकुर बोले आ नामदेव नूं कह समझावै हाथ ना आवै भेट सो तुस त्रिलोचन मैं मोहिलावै। मैं भेटावां दे नाल हाथ नहीं आउंदा, मैं किसे होर कारण माया आदिक दे नाल ठाकुर दे दर्शन नहीं हुंदे। ते अगों कहा हौ अधीन हां भगत दे पहुंच ना हंगै भगती दावै। मैं तां भगतां दे प्रेमा भगती दे अधीन हां, मैं दावे करन वालियां दे हाथ नहीं आउंदा। सबै घट राम बोले राम बोले राम बिना को बोले रे राम बिना को बोले रे। आज भगत नामदेव जी का जन्म दिहाड़ा है। सारी संगत नु भगत नाम देवी के जन्म दिहाड़ी लख लख बधाई हो। भगत जी का जन्म महाराष्ट्र के जिला सतारा के पिंड नरसिंहवाणी के अंदर हुआ। जहाँ के पिता का नाम दाम सेठ और माता का नाम नाना बाई सी। तकरीबन गुरु नानक देव जी के प्रकाश तो पहला 200 साल पहला, क्योंकि गुरु नानक देव जी का 1469 दिन च होया, भगत नामदेव जी का 1270 दिन हो गया। 200 साल पहला गुरु नामदेव जी तो महाराष्ट्र के जिला बचाए, बड़ी बड़ी की बंदगी की, परमेश्वर ने एक मिक समझिया। कहती परमेश्वर सब गोविंद है, सब गोविंद है, गोविंद बिंद है कोई सूत एक मन सत सहस जैसे ओत ओत सोई। जिस तरह एक मोतियां की सैकड़े मोतियां की माला होती है, उन्होंने इको सूत गुरुया होता है। इसी तरह ही हर एक जीव के अंदर जरे जरे अंदर परमेश्वर की जोत समाई हुई है। आओ एक शब्द का कीर्तन सर्वन करो। जिस वेले भगत नामदेव जी मंदिर के हमने भाई साहब ने अपने अपने सोने विचार सुनाया है, मंदिर के जाके भगती करन लगे तो उस वेले के अहंकारी पंडित जिहड़े ब्राह्मण सन कहिंदे तू इत्थे भगती नहीं कर सकता, तू नहीं जाता है, चल इत्थों बाहर निकल। धक्के मार के भगत नामदेव जी ने बाहर कढ़ दिता। हुण भगत नामदेव जी मन में सोच जाते हैं कि परमेश्वर जी मेरे नाल क्या कीता है, मैं तेरी बंदगी करता हाँ, यह मैंने धक्के मारना है। नाले तो मंदिर के पिछले पास तुरे जाते हैं, नाले परमेश्वर के नाल सीधिया गल्लां करते जाते हैं कि परमेश्वर है ठाकुर जे आज डुबी जाता हो और डुब जाए उसके कोले बाद लोगों किश्तियां रखती जान का की फायदा है, डुबण तो पहला किश्ती मिली फिर फायदा है। इस तरह परमेश्वर नाल गल्लां करते हुए मंदिर के पिछे जाके बैठ जाते हैं, परमेश्वर को उलामे करते हैं कि इन्होंने इन्होंने धक्के मारे हैं, मेरे नाम नहीं जप दिंदे, मैं तेरा नाम जानना चाहता हाँ, मैं तेरी बंदगी करना चाहता हाँ, मैं तेरे अपना पति बनाया है, मैं तेरी पत्नी हाँ। जिस तरह पत्नी अपने पति वास्ते शिंगार करती है, मैं भी तेरे वास्ते तेरा नाम जप जप के तेरा बंदगी करने का शिंगार करती हाँ। भाई मैंने कोई कुछ मर्जी कही जा रही लोगों के कहन दे मैं नहीं मनना, मैं परमेश्वर का नाम आप का नाम जपना है। जिस वेले बहुत बेनतियां कीतियां तो भगत नामदेव जी अपनी बाणी में लिखते हैं कि फिर भी आदि रात नामे को
ਹੱਡੀਆਂ ਦੇ ਕੋਪ ਛਵਾ ਦਿੱਤਾ। ਪਰਮੇਸ਼ਰ ਨੇ ਮੰਦਰ ਦਾ ਮੂੰਹ ਹੀ ਘੁਮਾ ਦਿੱਤਾ, ਮਨਾਮ ਦੇਵੀ ਵਾਲੇ ਪਾਸੇ ਕਰ ਦਿੱਤਾ ਤੇ ਭਗਤਾਂ ਵਾਲੀ ਪਿੱਠ ਕਰ ਦਿੱਤੀ। ਆਓ ਉਸ ਵੇਲੇ ਦਾ ਸ਼ਬਦ ਭਗਤਾਂ ਦੇਵੀ ਦੀ ਬਾਣੀ ਵਿੱਚ ਸ਼ਬਦ ਕਰੋ। ਮੈਂ ਮੌਲੀ ਮੇਰਾ ਨਾਮ ਪਧਾਰ ਰਤ ਰਤ ਤਾਕੋ ਕਰੋ ਸਿੰਗਾਰ। ਮੈਂ ਮੌਲੀ ਮੇਰਾ ਨਾਮ ਪਧਾਰ ਮੈਂ ਮੌਲੀ ਮੇਰਾ ਨਾਮ ਪਧਾਰ ਰਤ ਰਤ ਤਾਕੋ ਕਰੋ ਸਿੰਗਾਰ ਦੇ ਆਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦਾ ਕੋਟਾਂ ਕੋਟ ਸ਼ੁਕਰ ਹੈ। ਆਪ ਜੀ ਨੇ ਬੜੀ ਕਿਰਪਾ ਕੀਤੀ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਆ। ਪਾਤਸ਼ਾਹ ਜੀ ਬੀਤੇ ਕਾਫੀ ਦਿਨਾਂ ਤੋਂ ਚੱਲ ਰਹੀਆਂ ਪ੍ਰਭਾਤ ਫੇਰੀਆਂ ਦੌਰਾਨ ਅੱਜ ਵੀ ਸਿੱਖ ਸੰਗਤ ਵੱਲੋਂ ਵੱਖ ਵੱਖ ਪੜਾਵਾਂ ਤੇ ਰਸਤੇ ਵਿੱਚ ਪ੍ਰਭਾਤ ਫੇਰੀ ਦੇ ਰੂਪ ਵਿੱਚ ਗੁਰੂ ਜਾਂ ਸਹਰੀ ਜਾਂ ਕੀਰਤਨ ਗਾਇਨ ਕੀਤਾ। ਸਤਿਗੁਰੂ ਜੀ ਉਪਰੰਤ ਆਪ ਜੀ ਦੇ ਨਿੱਜ ਸਥਾਨਾਂ ਪਰ ਆਪ ਜੀ ਦੇ ਦਰੋਂ ਕਰੋ ਵਰੋ ਸਾਹੇ ਸ਼੍ਰੋਮਣੀ ਭਗਤ ਨਾਮਦੇਵ ਜੀਆਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ ਗੁਰਮਤਿ ਵਿਚਾਰਾਂ ਹੋਈਆਂ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਪਾਤਸ਼ਾਹ ਕਿਰਪਾ ਕਰੋ ਅੱਗੋਂ ਵਾਸਤੇ ਆਪ ਸਹਾਈ ਹੋ ਕੇ ਸਮਤ ਬਖਸ਼ਿਸ਼ ਕਰਨੀ ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ੁੱਧ ਸਪਸ਼ਟ ਬਾਣੀ ਪੜਨ ਸੁਣਨ ਕਥਾ ਕੀਰਤਨ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ। ਸੰਗਤਾਂ ਨੂੰ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਚਰਨਾਂ ਕਮਲਾਂ ਨਾਲ ਜੋੜ ਕਰਕੇ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਿਓ। ਸਤਿਗੁਰੂ ਜੀ ਭਗਤ ਨਾਮਦੇਵ ਸਭਾ ਸਮੂਹ ਸਮਾਜ ਵੱਲੋਂ ਸਤਿਗੁਰੂ ਜੀ ਪ੍ਰਕਾਸ਼ ਭਗਤ ਨਾਮਦੇਵ ਜੀਆਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਗੁਰੂ ਕੀਆਂ ਸੰਗਤਾਂ ਵਾਸਤੇ ਲੰਗਰ ਆਦਿਕ ਦਾ ਪ੍ਰਬੰਧ ਕੀਤਾ ਗਿਆ। ਸਤਿਗੁਰੂ ਜੀ ਪ੍ਰਵਾਨ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਅੰਗ ਸੰਗ ਸਹਾਈ ਹੋਣਾ। ਇਸ ਵੇਲੇ ਸਾਰੀ ਸੰਗਤ ਦੀ ਕਿਰਤ ਕਮਾਈ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸੱਜ ਹਾਜ਼ਰ ਹਨ, ਦਰ ਪ੍ਰਵਾਨ ਹੋਵਣ। ਪ੍ਰਵਾਨਿਆ ਪ੍ਰਸਾਦ ਸੰਗਤ ਵਿੱਚ ਵਰਤੇ, ਕਲਾਪ ਜੀ ਦੀ ਵਰਤੇ, ਪਾਵਨ ਪਵਿੱਤਰ ਮੁੱਖ ਵਾਰ ਦੀ ਬਖਸ਼ਿਸ਼ ਦੁਆਰਾ ਸੰਗਤ ਨੂੰ ਕਿਰਦਾਰ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਰਹੇ। ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਕੋ ਧੂਖਾ ਕਹਾ ਵਿਆਪੈ ਜਾ ਕਉ ਊਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ
ताको दुखा कहा व्यापे जाको ऊट तुहारी रहाओ। बिन सिमरन जो जीवन बदना सर्प जैसे अर जारी नवखंडन को राज कमावे अंत चले गोहारी। गुण निधान गुण ते नहीं गाए जाको कृपा तारी सो सुखिया तन उस जन्मा नानक तिस बनहारी। वाहिगुरु जी का खालसा वाहिगुरु जी की फतेह।